ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ। ਪੰਜਾਬ ਦੇ 6 ਉਮੀਦਵਾਰਾਂ ਦੀ ਲਿਸਟ ਬੀਜੇਪੀ ਨੇ ਜਾਰੀ ਕੀਤੀ ਹੈ। ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ, ਲੁਧਿਆਣਾ ਤੋਂ ਰਵਨੀਤ ਬਿੱਟੂ, ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਟਿਕਟ ਦਿੱਤੀ ਗਈ ਹੈ ਔਰ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ, ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਸੋ 6 ਸੀਟਾਂ ਤੇ ਬੀਜੇਪੀ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਰੀਦਕੋਟ ਤੇ ਪਟਿਆਲਾ। ਫਰੀਦਕੋਟ ਤੋਂ ਬੜਾ ਦਿਲਚਸਪ ਮੁਕਾਬਲਾ ਹੈ, ਕਲਾਕਾਰ ਦੇ ਸਾਹਮਣੇ ਕਲਾਕਾਰ, ਹਾਲਾਂਕਿ ਹੰਸਰਾਜ ਹੰਸ ਕਲਾਕਾਰੀ ਤੋਂ ਪਹਿਲਾਂ ਹੀ ਸਿਆਸਤ ਦੇ ਵਿੱਚ ਐਂਟਰੀ ਮਾਰ ਚੁੱਕੇ ਨੇ। ਪਰ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਤਾਂ ਉਹਨਾਂ ਦੇ ਸਾਹਮਣੇ ਬੀਜੇਪੀ ਨੇ ਹੰਸਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਇਸ ਤੋਂ ਇਲਾਵਾ ਗੁਰਦਾਸਪੁਰ, ਦਿਨੇਸ਼ ਸਿੰਘ ਬੱਬੂ, ਗੁਰਦਾਸਪੁਰ ਦੇ ਵਿੱਚ ਪਹਿਲਾਂ ਲੰਮੇ ਸਮੇਂ ਤੋਂ ਵਿਨੋਦ ਖੰਨਾ ਬੀਜੇਪੀ ਦੀ ਟਿਕਟ ਤੇ ਲੜਦੇ ਰਹੇ, ਉਸ ਤੋਂ ਬਾਅਦ ਸਨੀ ਦਿਓਲ ਨੂੰ ਬੀਜੇਪੀ ਨੇ ਟਿਕਟ ਦਿੱਤੀ, ਪਰ ਇਸ ਵਾਰ ਗੁਰਦਾਸਪੁਰ ਤੋਂ ਟਿਕਟ ਉਸ ਉਮੀਦਵਾਰ ਨੂੰ ਦਿੱਤੀ ਗਈ ਹੈ ਜਿਹੜੇ ਪਠਾਨਕੋਟ ਨਾਲ ਸੰਬੰਧਿਤ ਨੇ, ਦਿਨੇਸ਼ ਸਿੰਘ ਬੱਬੂ। ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਡਿਪਟੀ ਸਪੀਕਰ ਰਹਿ ਚੁੱਕੇ ਨੇ ਜਦੋਂ ਅਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਸੀ। ਅੰਮ੍ਰਿਤਸਰ ਤੋਂ ਟਿਕਟ ਤਰਨਜੀਤ ਸਿੰਘ ਸੰਧੂ ਨੂੰ ਦਿੱਤੀ ਗਈ ਹੈ, ਜਿਵੇਂ ਨਿਊਜ਼ 18 ਨੇ ਪਹਿਲਾਂ ਹੀ ਇਹ ਨਾਮ ਦੱਸੇ ਸੀ ਕਿ ਤਰਨਜੀਤ ਸਿੰਘ ਸੰਧੂ ਉਮੀਦਵਾਰ ਹੋ ਸਕਦੇ ਨੇ। ਸੋ ਸੁਸ਼ੀਲ ਕੁਮਾਰ ਰਿੰਕੂ ਪਿਛਲੇ ਦਿਨੀ ਆਪ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋਏ ਤਾਂ ਬੀਜੇਪੀ ਨੇ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਦਿੱਤੀ। ਰਵਨੀਤ ਬਿੱਟੂ ਪਿਛਲੇ ਦਿਨੀ ਬੀਜੇਪੀ 'ਚ ਸ਼ਾਮਿਲ ਹੋਏ ਕਾਂਗਰਸ ਛੱਡ ਕੇ, ਤਾਂ ਲੁਧਿਆਣਾ ਤੋਂ ਉਸੇ ਦਿਨ ਹੀ ਬਿੱਟੂ ਨੇ ਕਹਿ ਦਿੱਤਾ ਸੀ ਕਿ ਮੈਂ ਲੁਧਿਆਣਾ ਤੋਂ ਹੀ ਚੋਣ ਲੜੂੰਗਾ, ਤਾਂ ਟਿਕਟ ਰਵਨੀਤ ਬਿੱਟੂ ਨੂੰ ਦੇ ਦਿੱਤੀ ਗਈ ਹੈ। ਹੰਸਰਾਜ ਹੰਸ, ਜਿਨ੍ਹਾਂ ਬਾਰੇ ਖਬਰਾਂ ਚੱਲੀਆਂ ਸੀ ਕਿ ਦਿੱਲੀ ਤੋਂ ਹੰਸਰਾਜ ਹੰਸ ਦੀ ਟਿਕਟ ਕੱਟ ਦਿੱਤੀ ਗਈ, ਤਾਂ ਹੁਣ ਹੰਸਰਾਜ ਹੰਸ ਨੂੰ ਪੰਜਾਬ ਭੇਜ ਦਿੱਤਾ ਗਿਆ ਹੈ। ਔਰ ਫਰੀਦਕੋਟ ਲੋਕ ਸਭਾ ਹਲਕੇ ਤੋਂ, ਜਿੱਥੋਂ ਪਹਿਲਾਂ ਮੁਹੰਮਦ ਸਦੀਕ MP ਰਹੇ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ, ਇਸ ਵਾਰ ਕਾਂਗਰਸ ਨੇ ਹਲੇ ਆਪਣੇ ਉਮੀਦਵਾਰ ਨਹੀਂ ਐਲਾਨੇ। ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਚੁੱਕਿਆ ਹੈ। ਕਰਮਜੀਤ ਅਨਮੋਲ CM ਭਗਵੰਤ ਮਾਨ ਦੇ ਬੜੇ ਨਜ਼ਦੀਕੀ ਰਹੇ ਨੇ, ਤਾਂ ਬੀਜੇਪੀ ਨੇ ਉਹਨਾਂ ਦੇ ਮੁਕਾਬਲੇ 'ਚ ਹੰਸਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ, ਫਰੀਦਕੋਟ ਲੋਕ ਸਭਾ ਸੀਟ ਤੋਂ। ਔਰ ਕੈਪਟਨ ਪਰਿਵਾਰ ਨੂੰ, ਕੈਪਟਨ ਅਮਰਿੰਦਰ ਸਿੰਘ ਪਰਿਵਾਰ ਨੂੰ ਪਟਿਆਲਾ ਦੀ ਟਿਕਟ ਮਿਲੀ ਹੈ। ਪ੍ਰਨੀਤ ਕੌਰ ਦੁਬਾਰਾ ਤੋਂ ਬੀਜੇਪੀ ਦੀ ਟਿਕਟ ਤੇ ਉਮੀਦਵਾਰ ਹੋਣਗੇ। ਪਹਿਲਾਂ ਉਹ ਕਾਂਗਰਸ ਦੀ ਟਿਕਟ ਤੇ ਚੋਣ ਜਿੱਤੇ ਸੀ ਤੇ ਹੁਣ ਬੀਜੇਪੀ ਦੀ ਟਿਕਟ ਤੇ ਪ੍ਰਨੀਤ ਕੌਰ ਚੋਣ ਲੜਨਗੇ। ਸੋ 6 ਉਮੀਦਵਾਰ ਬੀਜੇਪੀ ਨੇ ਆਪਣੀ ਸੂਚੀ ਦੇ ਵਿੱਚ ਐਲਾਨੇ ਨੇ। ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਜੁੜੇ ਨੇ। ਵਿਨੇਸ਼, ਜਿਸ ਤਰੀਕੇ ਨਾਲ ਉਮੀਦ ਕੀਤੀ ਜਾ ਰਹੀ ਸੀ, 2-3 ਨਾਮ ਤੇ ਉਹੀ ਨੇ ਜਿਹਨਾਂ ਦੀ ਚਰਚਾ ਹੋ ਰਹੀ ਸੀ। ਸੁਸ਼ੀਲ ਰਿੰਕੂ ਅਚਾਨਕ ਬੀਜੇਪੀ 'ਚ ਆਉਂਦੇ ਨੇ, ਟਿਕਟ ਮਿਲ ਜਾਂਦੀ ਹੈ। ਰਵਨੀਤ ਬਿੱਟੂ ਅਚਾਨਕ ਆਉਂਦੇ ਨੇ। ਪ੍ਰਨੀਤ ਕੌਰ ਹੋਰਾਂ ਦਾ ਅੰਡਰਸਟੂਡੀ ਸੀ, ਪਰ ਤਰਨਜੀਤ ਸੰਧੂ ਹੋਰਾਂ ਦਾ ਵੀ ਲਗਭਗ ਤੈਅ ਸੀ, ਪਰ ਦਿਨੇਸ਼ ਬੱਬੂ ਔਰ ਹੰਸਰਾਜ ਹੰਸ ਵਾਕਈ ਸਰਪ੍ਰਾਈਜ਼ਿੰਗ ਨੇਮ ਨੇ। ਬਿਲਕੁਲ ਵਿਸ਼ੀ, ਦੇਖੋ ਜਿਹੜੀ ਗੱਲ ਤੁਸੀਂ ਕਹੀ, 4 ਨੇਮ ਹੈ ਜਿਹੜੇ ਐਕਸਪੈਕਟਡ ਸੀਗੇ। ਪ੍ਰਨੀਤ ਕੌਰ ਪਟਿਆਲਾ ਤੋਂ ਐਕਸਪੈਕਟਡ ਸੀ, ਰਵਨੀਤ ਬਿੱਟੂ ਲੁਧਿਆਣਾ ਤੋਂ, ਸੁਸ਼ੀਲ ਰਿੰਕੂ ਜਲੰਧਰ ਤੋਂ, ਤੇ ਇਸ ਤੋਂ ਇਲਾਵਾ ਤਰਨਜੀਤ ਸਿੰਘ ਸੰਧੂ ਜਿਵੇਂ ਪਿਛਲੇ ਕੁਝ ਦਿਨਾਂ 'ਚ ਅੰਮ੍ਰਿਤਸਰ 'ਚ ਕੈਂਪੇਨ ਕਰ ਰਹੇ ਸੀ, ਉਹਨਾਂ ਦਾ ਵੀ ਲਗਭਗ ਫਾਈਨਲ ਸੀ ਕਿ ਬੀਜੇਪੀ ਉਹਨਾਂ ਨੂੰ ਟਿਕਟ ਦੇਊਗੀ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਸੀ। ਬਟ ਵਿਜੇ, ਜਿਹੜਾ ਸਰਪ੍ਰਾਈਜ਼ਿੰਗ ਨਾਮ ਸਾਹਮਣੇ ਆ ਰਿਹਾ, ਹੰਸਰਾਜ ਹੰਸ, ਇਹਨਾਂ ਦੀ ਚਰਚਾ ਸੀ ਕਿ ਦਿੱਲੀ ਤੋਂ MP ਸੀ, ਦਿੱਲੀ ਦੀ ਟਿਕਟ ਕੱਟ ਕੇ ਉਮੀਦ ਕੀਤੀ ਜਾ ਰਹੀ ਸੀ ਇਹਨਾਂ ਨੂੰ, ਜਲੰਧਰ ਜਾਂ ਹੁਸ਼ਿਆਰਪੁਰ ਦੀ ਕੋਈ ਸੀਟ ਦਿੱਤੀ ਜਾ ਸਕਦੀ ਹੈ, ਕਿਉਂਕਿ ਦੋਨੋਂ ਰਿਜ਼ਰਵ ਸੀਟਾਂ ਹੈ ਤੇ ਹੰਸਰਾਜ ਹੰਸ ਆਪ ਬਿਲੋਂਗ ਵੀ ਜਲੰਧਰ ਜ਼ਿਲ੍ਹੇ ਨੂੰ ਕਰਦੇ ਹੈ। ਤੇ ਪਰ ਬੀਜੇਪੀ ਨੇ ਇੱਕ ਕਹਿ ਸਕਦੇ ਹਾਂ ਕਿ ਇੱਕ ਇੰਟਰਸਟਿੰਗ ਸ਼ਾਟ ਖੇਡਿਆ।
ਰਿਜ਼ਰਵ ਸੀਟ ਤੇ ਹੰਸਰਾਜ ਹੰਸ ਨੂੰ ਭੇਜਿਆ, ਪਰ ਜਿਹੜੀ ਇੱਕਦਮ ਧੁਰ ਮਾਲਵੇ ਦੀ ਸੀਟ ਹੈ ਉੱਥੇ ਹੰਸਰਾਜ ਹੰਸ ਨੂੰ ਭੇਜਿਆ, ਤੇ ਹੰਸਰਾਜ ਹੰਸ ਦਾ ਇੱਕ ਸਰਪ੍ਰਾਈਜ਼ਿੰਗ ਨਾਮ ਸਾਹਮਣੇ ਆ ਰਿਹਾ ਕਿ ਫਰੀਦਕੋਟ ਸੀਟ ਤੋਂ ਉਹਨਾਂ ਨੂੰ ਉਮੀਦਵਾਰੀ ਦਿੱਤੀ ਗਈ ਹੈ। ਤੇ ਜੇ ਆਪਾਂ ਦਿਨੇਸ਼ ਬੱਬੂ ਦੀ ਵੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ ਹੈ, ਇਸ ਵਾਰ ਗੁਰਦਾਸਪੁਰ ਦੇ ਵੋਟਰਾਂ ਲਈ ਇਹ ਰਾਹਤ ਦੀ ਖਬਰ ਹੈ ਕਿ ਬੀਜੇਪੀ ਨੇ ਕੋਈ ਪੈਰਾਸ਼ੂਟ ਕੈਂਡੀਡੇਟ ਨਹੀਂ ਦਿੱਤਾ, ਲੋਕਲ ਉਮੀਦਵਾਰ ਨੇ। ਬਿਲਕੁਲ, ਲੋਕਲ ਉਮੀਦਵਾਰ ਨੇ, MLA ਵੀ ਰਹਿ ਚੁੱਕੇ ਹੈ, ਤੇ ਇਸ ਤੋਂ ਇਲਾਵਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਹੀ ਬਿਲੋਂਗ ਕਰਦੇ ਹੈ। ਜਿਸ ਤਰ੍ਹਾਂ ਬੀਜੇਪੀ ਜਿਹੜੇ ਗੁਰਦਾਸਪੁਰ ਦੇ ਵੋਟਰ ਹੈ, ਕਈ ਵਾਰ ਉਹ ਕਹਿੰਦੇ ਹੁੰਦੇ ਆ ਕਿ ਸਾਡੇ ਲਈ ਤਾਂ ਇੱਕ ਪੈਰਾਸ਼ੂਟ ਉਮੀਦਵਾਰੀ ਹੈ, ਕਦੇ ਸੰਨੀ ਦਿਓਲ ਆ ਜਾਂਦਾ, ਕਦੇ ਗਿਰੋਹਕਨ ਆ ਜਾਂਦਾ। ਜੀ ਵਿਜੇ ਪਠਾਨਕੋਟ ਦੀ ਸੀਟ ਤੋਂ ਜਿੱਤੇ ਰਹੇ, ਜਿਹੜਾ ਪਠਾਨਕੋਟ ਹੈ ਗੁਰਦਾਸਪੁਰ ਲੋਕ ਸਭਾ ਸੀਟ ਦਾ ਹੀ, ਗੁਰਦਾਸਪੁਰ ਲੋਕ ਸਭਾ ਸੀਟ ਚ ਆਉਂਦਾ, ਬਿਲਕੁਲ ਠੀਕ ਹੈ। ਤੇ ਇਸ ਕਰਕੇ ਇਹ ਗੁਰਦਾਸਪੁਰ ਦੇ ਵੋਟਰਾਂ ਲਈ ਇੱਕ ਰਾਹਤ ਵਾਲੀ ਖਬਰ ਜ਼ਰੂਰ ਹੈ ਕਿ ਦਿਨੇਸ਼ ਬੱਬੂ ਨੂੰ ਤੇ ਬੀਜੇਪੀ ਦੇ ਕੈਡਰ ਲਈ ਵੀ ਇੱਕ ਤਰੀਕੇ ਨਾਲ ਚੰਗੀ ਖਬਰ ਹੈ ਕਿ ਉਹਨਾਂ ਨੇ ਉਸੇ ਉਮੀਦਵਾਰ ਨੂੰ ਉਤਾਰਿਆ ਜਿਹੜਾ ਧੁਰ ਬੀਜੇਪੀ ਨਾਲ ਰੂਟ ਸਵਾਲ ਤੇ ਜੁੜਿਆ ਹੋਇਆ। ਤੇ ਵਿਜੇ ਆਪਾਂ ਕਹਿ ਸਕਦੇ ਹਾਂ ਕਿ 13 ਚੋਂ 6 ਸੀਟਾਂ ਡਿਕਲੇਅਰ ਹੋ ਗਈਆਂ, ਯਾਨੀ ਲਗਭਗ 50% ਸੀਟਾਂ ਬੀਜੇਪੀ ਨੇ ਅੱਜ ਦੀ ਲਿਸਟ ਵਿੱਚ ਕਲੀਅਰ ਕਰਤੀਆਂ। ਤੇ ਵੈਸੇ ਵਿਨੇਸ਼, ਇਸ ਦੇ ਵਿੱਚ ਇੱਕ ਇਹ ਵੀ ਇੰਟਰਸਟਿੰਗ ਚੀਜ਼ ਹੈ ਕਿ ਸੁਸ਼ੀਲ ਰਿੰਕੂ ਦੇ ਨਾਲ ਜਿਹੜੇ MLA ਨੇ ਸ਼ੀਤਲ ਅੰਗੁਰਾਲ ਜੁਆਇਨ, ਉਹਨਾਂ ਨੇ ਵੀ ਕੀਤਾ ਸੀ, ਪਰ ਉਹਨਾਂ ਦੀ ਹਲੇ ਕੋਈ ਉਮੀਦਵਾਰੀ ਦਾ ਜ਼ਿਕਰ ਨਹੀਂ ਹੋਇਆ। ਵਿਜੇ ਹਜੇ ਜੇ ਆਪਾਂ ਦੇਖੀਏ ਤਾਂ ਜਿਹੜੇ ਸ਼ੀਤਲ ਅੰਗੁਰਾਲ ਹੈ ਉਹ ਵੀ ਰਿਜ਼ਰਵ ਕੈਂਡੀਡੇਟ ਹੈ, ਰਿਜ਼ਰਵ ਸੀਟ ਤੋਂ ਚੋਣ ਲੜ ਸਕਦੇ ਹੈ, ਤੇ 2 ਰਿਜ਼ਰਵ ਸੀਟਾਂ ਹਜੇ ਵੀ ਬਾਕੀ ਹੈ, ਇੱਕ ਹੁਸ਼ਿਆਰਪੁਰ ਤੇ ਇੱਕ ਫਤਿਹਗੜ੍ਹ ਸਾਹਿਬ। ਤੇ ਇਸ ਕਰਕੇ ਜੇ ਸ਼ੀਤਲ ਅੰਗੁਰਾਲ ਨੂੰ ਉਸ ਤਰੀਕੇ ਨਾਲ ਆਪਾਂ ਦੇਖੀਏ ਤਾਂ ਹੁਸ਼ਿਆਰਪੁਰ, ਚੂੰਕਿ ਸ਼ੀਤਲ ਅੰਗੁਰਾਲ ਵੀ ਦੁਆਬਾ ਤੋਂ ਬਿਲੋਂਗ ਕਰਦੇ ਹੈ, ਤੇ ਹੁਸ਼ਿਆਰਪੁਰ ਦੁਆਬਾ ਦੀ ਸੀਟ ਹੈ, ਤੇ ਇਸ ਕਰਕੇ ਉਹ ਸੀਟ ਹਜੇ ਵੀ ਵੇਕੈਂਟ ਹੈ ਉਹਨਾਂ ਸੀਟਾਂ ਤੇ, ਤੇ ਫਤਿਹਗੜ੍ਹ ਸਾਹਿਬ ਸੀਟ ਤੇ ਵੀ ਬੀਜੇਪੀ ਨੇ ਆਪਦੇ ਪੱਤੇ ਨਹੀਂ ਖੋਲੇ ਹੈ। ਤੇ ਹੋ ਸਕਦਾ ਜੇ ਸ਼ੀਤਲ ਅੰਗੁਰਾਲ ਨੂੰ ਪਾਰਟੀ ਹਾਈਕਮਾਨ ਲੜਾਉਣਾ ਚਾਹੇ ਤਾਂ ਉਹਨਾਂ ਲਈ ਇਹ 2 ਸੀਟਾਂ ਦੀ ਆਪਸ਼ਨ ਜ਼ਰੂਰ ਹੈਗੀ ਹੈ, ਤੇ ਬਾਕੀ ਜਿਹੜੀਆਂ ਸੀਟਾਂ ਪੈਂਡਿੰਗ ਹੈ ਭਾਵੇਂ ਬਠਿੰਡਾ ਹੋਵੇ ਭਾਵੇਂ ਫਿਰੋਜ਼ਪੁਰ ਹੋਵੇ ਤੇ ਜਿਹੜੀਆਂ ਹੋਰ ਵੀ ਸੀਟਾਂ ਪੈਂਡਿੰਗ ਹੈ ਉਹਨਾਂ ਤੇ ਹਜੇ ਬੀਜੇਪੀ ਦਾ ਹੋ ਸਕਦਾ ਵੀ ਅਗਲੀ ਜਿਹੜੀ ਸੀਟ ਦੀ ਮੀਟਿੰਗ ਹੋਊਗੀ ਉਸ ਮੰਥਨ ਕਰਕੇ ਬਾਕੀ ਉਮੀਦਵਾਰਾਂ ਦਾ ਐਲਾਨ ਜ਼ਰੂਰ ਕੀਤਾ ਜਾਊਗਾ। ਅੱਛਾ ਵਿਨੇਸ਼, ਮੈਂ ਹੰਸਰਾਜ ਹੰਸ ਹੋਰਾਂ ਦਾ ਜ਼ਿਕਰ ਕਰਨਾ ਚਾਹੂੰਗਾ। ਜਿਵੇਂ ਇਹ ਉਮੀਦ ਸੀ ਕਿ ਹੁਸ਼ਿਆਰਪੁਰ ਜਾਂ ਜਲੰਧਰ ਤੋਂ ਹੋ ਸਕਦੇ ਆ, ਪਰ ਅਚਾਨਕ ਫਰੀਦਕੋਟ ਤੋਂ ਨਾਮ ਸਾਹਮਣੇ ਆ ਗਿਆ। ਜੇ ਫਰੀਦਕੋਟ ਦੀ ਸੀਟ ਦਾ ਇਤਿਹਾਸ ਦੇਖੀਏ ਤਾਂ ਮੁਹੰਮਦ ਸਦੀਕ ਉੱਥੋਂ ਜਿੱਤ ਕੇ ਆਏ, ਕਿਤੇ ਨਾ ਕਿਤੇ ਕੀ ਬੀਜੇਪੀ ਨੇ ਗੁਜਾਇਸ਼ ਦੇਖੀ ਜਾਂ ਆਮ ਆਦਮੀ ਪਾਰਟੀ ਨੇ ਵੀ ਇਹ ਗੁਜਾਇਸ਼ ਦੇਖੀ ਕਿ ਉੱਥੇ ਮਾਲਵੇ ਦਾ ਇਲਾਕਾ ਔਰ ਕਲਾਕਾਰਾਂ ਨੂੰ ਸਮਰਥਨ ਮਿਲ ਜਾਂਦਾ ਜੇ ਮੁਹੰਮਦ ਸਦੀਕ ਜਿੱਤ ਕੇ ਆਏ ਨੇ, ਹਾਲਾਂਕਿ ਭਦੌੜ ਉਹਨਾਂ ਦਾ ਇਲਾਕਾ ਸੀ, ਇੱਧਰੋਂ ਜਿੱਤਦੇ ਸੀ, ਫਿਰ ਫਰੀਦਕੋਟ ਭੇਜ ਦਿੱਤਾ ਗਿਆ, ਉੱਥੋਂ MP ਦੀ ਸੀਟ ਜਿੱਤ ਗਏ, ਤਾਂ ਦੋਨੇ ਪਾਰਟੀਆਂ ਇਹ ਚਾਂਸ ਲੈ ਰਹੀਆਂ ਨੇ ਕਿ ਜੇ ਕਲਾਕਾਰਾਂ ਨੂੰ ਉੱਥੇ ਮੌਕਾ ਮਿਲ ਸਕਦਾ ਹੈ ਤਾਂ ਉੱਧਰ। ਆਪਨੇ ਕਰਮਜੀਤ ਅਨਮੋਲ ਨੂੰ ਉਤਾਰਿਆ ਤਾਂ ਬੀਜੇਪੀ ਨੇ ਹੰਸਰਾਜ ਹੰਸ ਹੋਰਾਂ ਨੂੰ ਫਰੀਦਕੋਟ ਭੇਜਤਾ। ਬਿਲਕੁਲ ਵਿਜੇ, ਸਾਡੀ ਬੀਜੇਪੀ ਦੇ ਕੁਝ ਲੀਡਰਾਂ ਨਾਲ ਗੱਲ ਹੋਈ ਸੀ, ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜਾ ਕਲਾਕਾਰ ਆ ਉਹ ਸਾਰਿਆਂ ਦਾ ਸਾਂਝਾ ਹੁੰਦਾ, ਉਹ ਕਿਸੇ ਏਰੀਏ ਦਾ ਨਹੀਂ ਹੁੰਦਾ, ਉਹਦੀ ਸਾਰੇ ਪਾਸੇ ਮਕਬੂਲੀਅਤ ਹੈ। ਜਿਵੇਂ ਹੰਸਰਾਜ ਹੰਸ ਹੈ, ਇੱਕ ਬਹੁਤ ਪਾਪੂਲਰ ਸਿੰਗਰ ਰਹੇ ਹੈ ਪੰਜਾਬ, ਪੂਰੇ ਪੰਜਾਬ ਵਿੱਚ